ਏਰੀਆ ਨਾ ਜਿਵੇਂ ਵੀ ਐਗਜੈਂਸੀ ਹੈ ਇਸ ਏਰੀਏ ਦੀ ਤੇ ਕਦੀ ਨਾ ਇੱਥੇ ਨਾਲਾ ਸੀ ਨਾਲੇ ਤੋਂ ਬੰਦ ਕਰਕੇ ਜਿਹੜੀਆਂ ਨਜਾਇਜ਼ ਦੁਕਾਨਾਂ ਪਹਿਲਾਂ ਪਾਈਆਂ ਹੁਣ ਇਹ ਵਾਲੀ ਐਡੀ ਵੱਡੀ ਬਿਲਡਿੰਗ 5000 ਗਜ਼ ਦੀ ਜਿਹੜੀ ਪਾ ਰਹੇ ਆ ਇਹ ਬਿਲਕੁਲ ਨਜਾਇਜ਼ ਹੈ ਨਹੀਂ ਤੁਹਾਡੇ ਕਹਿਣ ਦੇ ਮੁਤਾਬਿਕ ਜਿੱਥੇ ਬਿਲਡਿੰਗ ਨਜਾਇਜ਼ ਉੱਥੇ ਜ਼ਮੀਨ ਵੀ ਨਜਾਇਜ਼ ਹੈ ਜੀ ਜ਼ਮੀਨ ਵੀ ਨਜਾਇਜ਼ ਜੀ ਜਦ ਹੋ ਹੀ ਨਹੀਂ ਸਕਦਾ ਵਾਲਾ ਕੰਮ ਕਦੀ ਇਹ ਤੁਸੀਂ ਜਿੱਥੇ ਮਰਜ਼ੀ ਆਰਟੀਆਈ ਦੇ ਐਕਟ ਦੇ ਉੱਤੇ ਕਢਵਾ ਲਓ ਹੋਏਗਾ ਹੀ ਨਹੀਂ ਵਾਲਾ ਕੰਮ ਫਿਰ ਤਾਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਇਹ ਸਿਰਫ ਜ਼ਿੰਮੇਵਾਰ ਕੌਣ ਹੈ ਕਮਿਸ਼ਨਰ ਮੇਅਰ ਐਮਸੀ ਜੋ ਵੀ ਹੈ ਇਹ ਸਾਰੀ ਮਿਲੀ ਭਗਤ ਨਾਲ ਕੰਮ ਹੋ ਰਿਹਾ ਜੋ ਵੀ ਇੱਥੇ ਹੋ ਰਿਹਾ ਅਸੀਂ ਪਹਿਲਾਂ ਵੀ ਆਵਾਜ਼ ਚੁੱਕੀ ਸੀ ਕਿ ਨਜਾਇਜ਼ ਬਿਲਡਿੰਗਾਂ ਬਣਦੀਆਂ ਪਈਆਂ ਨਜਾਇਜ਼ ਦੁਕਾਨਾਂ ਬਣਦੀਆਂ ਪਈਆਂ ਲੇਕਿਨ ਕਿਸੇ ਨੇ ਨਹੀਂ ਸੁਣੀ ਅੱਜ ਉਹਦੇ ਖਨਵਾਦਾ ਸਾਡੇ ਗਰੀਬ ਭਰਾਵਾਂ ਨੂੰ ਵਿਚਾਰਿਆਂ ਚੁਕਾਉਣਾ ਪੈ ਰਿਹਾ ਔਰ ਫਿਰ ਤੁਸੀਂ ਇਹ ਦੇਖੋ ਕੋਈ ਆ ਕੇ ਨਹੀਂ ਖੜਾ ਹੋਇਆ ਕੋਈ ਐਮਸੀ ਆਂਦਾ ਮੇਅਰ ਆਂਦਾ ਕਮਿਸ਼ਨਰ ਆਂਦਾ ਕਿਆ ਗਰੀਬ ਦੀ ਜਾਨ ਗਰੀਬ ਦੀ ਨਹੀਂ ਹੈਗੀ ਬਿਲਕੁਲ ਜੀ ਕੀ ਗਰੀਬ ਦੀ ਜਾਨ ਗਰੀਬ ਦੀ ਨਹੀਂ ਹੈ ਤੁਸੀਂ ਜਿਹੜੀਆਂ ਇਹ ਲਾਈਵ ਤਸਵੀਰਾਂ ਪਹਿਲੇ ਬਣੀ ਹੋਈਆਂ ਜੀ ਤੋ ਇਹਦੀ ਕੋਈ ਸ਼ਿਕਾਇਤ ਸਕੂਲ ਕਰਦਾ ਹੈ ਕੋਈ ਦੀ ਸਭ ਨਜਾਇਜ਼ ਬਣੀ ਹੋਈਆਂ ਇਹ ਦੁਕਾਨਾਂ ਐਕਸਐਮਸੀ ਦਾ ਕਹਿਣਾ ਹੈ ਜੀ ਅੱਧੀ ਸ਼ਰਤਾਂ ਰੋਕੀਆਂ ਪਈਆਂ ਲੋਕਾਂ ਨੇ ਸਾਰਾ ਏਰੀਆ ਨਜਾਇਜ਼ ਪਾਣੀ ਨੇ ਜਿਹੜੀ ਸੈਂਕ ਦੇ ਉਹਨੇ ਅੱਧੀ ਜਗ੍ਹਾ ਰੋਕੀ ਪਈ ਅੱਧੀ ਸੜਕ ਰੋਕੀ ਪਈ ਹੈ ਕੀ ਸਰਕਾਰ ਕੀ ਕੋਈ ਬਿਲਕੁਲ ਧਿਆਨ ਨਹੀਂ ਹੈਗਾ ਕਿਸੇ ਦਾ ਤਾਂ ਮਿਲੀ ਹੋਈ ਆ ਜੀ ਸਰਕਾਰ ਮਿਲੀ ਹੋਈ ਆ ਉਹਨਾਂ ਨੂੰ ਲਾਲਚ ਮਿਲ ਜਾਂਦਾ ਲਾਲਚ ਕੇ ਮਾਰੇ ਆਪਣਾ ਜਗ੍ਹਾ ਪਵਾ ਦਿੰਦੇ ਨਹੀਂ ਭਾਈ ਸਾਹਿਬ ਜਗ੍ਹਾ ਪਵਾ ਦਿੰਦੇ अभी यहाँ पे एक बड़ा नुकसान होने से बच गया एक सबसे बड़ी अच्छी बात है और कोई जानमाल का खतरा नहीं है मैं परम पिता से ये कहूँगा कि सभी लोग ठीक हैं इसके लिए वाहेगुरु जी की बहुत मेहर रही और बस यही है कि ऐसे जो सभी लोगों ने मिलकर पब्लिक ने मिलकर और फायर ब्रिगेड ने मिलकर जो जिस तरह का यहाँ पर सराहनीय काम किया है ये अपने में बहुत प्रशंसनीय है और कोई जानमाल का नुकसान नहीं हुआ ये ਜਿਹੜੇ ਹੈਗੇ ਆ ਜੱਟੀ ਸਦਾਏ ਕਰ ਰਹੇ ਆ ਮੇਰੇ ਨਾਲ ਇੱਕ ਖੁਦ ਲੈਫਟ ਉਸ ਬਿਲਡਿੰਗ ਦੇ ਵਿੱਚ ਕੰਮ ਕਰਦੇ ਹੋ ਜਿਹੜੇ ਲੋਕ ਆ ਉਹ ਮੌਜੂਦਾ ਗੱਲ ਦੇ ਅੰਦਰ ਕੰਮ ਕਰ ਰਹੇ ਤਾਂ ਕੀ ਲੈਫਟ ਆਉਣੀ ਸੀ ਜਿਹੜੇ ਕੰਮ ਕਰਦੇ ਕੀ ਹੋਇਆ ਕੀ ਇਹ ਸਾਨੂੰ ਪੂਰਾ ਵਾਕਿਆ ਦੱਸੋ ਸਾਰਾ ਕੰਮ ਲੈ ਜਾਂਦੇ ਠੀਕ ਹੈ ਗਿਰੀ ਹੈ ਜਿਹੜਾ ਵਾਕਿਆ ਹੋਇਆ ਹੈ ਇਹ ਕਿਵੇਂ ਹੋਇਆ ਤੇ ਕਦੋਂ ਹੋਇਆ ਇਹ ਮਿਸਤਰੀ ਦੀ ਕਮੀ ਨਾਲ ਵਾਕਿਆ ਹੋਇਆ ਜੀ ਕਿਉਂਕਿ ਉਸਨੇ ਢੋਲਾ ਸਹੀ ਨਹੀਂ ਕਰ ਰੱਖਿਆ ਸੀ ਕੋਟਾਂ ਨਹੀਂ ਸਹੀ ਲੱਗੀਆਂ ਹੋਈਆਂ ਸੀ ਅੱਜ ਨਹੀਂ ਪੈਂਦਾ ਸੀ ਲੈਂਟਰ ਕੱਲ੍ਹ ਪੈਂਦਾ ਸੀ ਅਗਲੇ ਦਿਨ ਪੈਂਦਾ ਸੀ ਮਿਸਤਰੀ ਦੀ ਜਿੱਦ ਨਾਲ ਵੀ ਅੱਜ ਹੀ ਪਾਉਣਾ ਤਾਂ ਇਸ ਕਾਰਨ ਵਾਕਿਆ ਹੋਇਆ ਜੀ ਕਿੰਨੇ ਕੁਝ ਲੇਬਰ ਦੇ ਬੰਦੇ ਕੰਮ ਕਰ ਰਹੇ ਸੀ ਸ਼ੈਟਰਿੰਗ ਦੇ ਹਾਂਜੀ ਕੁਝ ਬੰਦੇ ਥੱਲੇ ਆ ਗਏ ਸੀ ਉਹ ਜਰ ਲੈਂਟਰ ਗਿਰੇ ਜੀ ਤੇ ਕੁਝ ਜ਼ਖਮੀ ਆ ਇੱਕ ਨੂੰ ਕੱਢ ਰਹੇ ਨੇ ਹਜੇ ਟੋਟਲ ਕਿੰਨੀ ਲੇਬਰ ਕੰਮ ਕਰ ਰਹੀ ਹੈ ਇਸ ਟਾਈਮ ਇਹ ਬਿਲਡਿੰਗ ਜਿੱਥੇ ਇਹ ਨਿਰਮਾਣ ਹੋ ਰਿਹਾ ਜੀ ਅਸੀਂ 26-27 ਬੰਦੇ ਅਸੀਂ ਆਏ ਸੀ ਬਾਕੀ ਦਾ ਇੱਥੇ ਆਪਾਂ ਨੂੰ ਪਤਾ ਨਹੀਂ ਬਾਕੀ ਮਿਸਤਰੀ ਦੇ ਬੰਦੇ ਲੱਗ ਰਹੇ ਸੀ ਕਾਫੀ ਸੀ ਬੰਦੇ ਕਿੰਨੇ ਕੁ ਬੰਦੇ ਦੱਬ ਗਏ ਸੀ ਨੀਚੇ ਸ਼ੈਟਰਿੰਗ ਤੇ 6 ਕੁ ਬੰਦੇ ਜੀ 6-7 ਮੌਤ ਕਿਸੇ ਦੀ ਹੋਈ ਜਾਂ ਨਹੀਂ ਜੀ ਨਹੀਂ ਸਭ ਠੀਕ ਹੈ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਹੁਣ ਹਸਪੀਟਲ ਦੇ ਵਿੱਚ ਦਾਖਲ ਨੇ 1-2 ਜਣਾ ਤਾਂ ਇੱਕ ਠੀਕ ਹੈ ਜੀ ਇੱਕ ਨੂੰ ਕੱਢ ਰਹੇ ਨੇ ਆ ਜੀ ਇਹ ਜਿਹੜਾ ਐਕਸੀਡੈਂਟ ਟੈਪ ਹੋਇਆ ਜਿਹੜਾ ਇਨਸੀਡੈਂਸ ਹੋਇਆ ਵੀ ਤੁਹਾਨੂੰ ਲੱਗਦਾ ਇਹਦਾ ਕਾਰਨ ਦੋਸ਼ੀ ਕੌਣ ਹੋ ਸਕਦਾ ਇਸ ਤਾਂ ਦੋਸ਼ੀ ਮਿਸਤਰੀ ਨੂੰ ਹੀ ਮੰਨਾਂਗੇ ਜੀ ਵੀ ਕੰਮ ਸਹੀ ਨਹੀਂ ਸੀ ਉਹਨਾਂ ਦਾ ਜੀ ਮਟੀਰੀਅਲ ਦੇ ਵਿੱਚ ਕੋਈ ਲਾਪ ਨਹੀਂ ਜੀ ਮਟੀਰੀਅਲ ਦੇ ਵਿੱਚ ਕੋਈ ਉਹ ਨਹੀਂ ਸੀ ਛੋਟ ਲੈ 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 ਲੋ ਦੇਖੀ ਮੈਂ ਮੜੇ ਰਸਤੇ ਦੇ ਚਲੋ ਵੀਰੇ ਨਾ ਕੱਟ ਕੰਮ ਕਰਿਆਗਾ ਇੱਕ ਮਿੰਟ ਵੀਰੇ ਚੁੱਪ ਰਹੀ ਹੋ ਸਾਰੇ ਮੜੇ ਭਾਈ ਸਾਨੂੰ ਲਾਓ ਕਾਣ ਹੋ ਜੀ ਕੋਈ ਫਾਇਦਾ ਰੋਕਣਾ ਮੈਂ ਤਾਂ ਹੁਣ ਹੀ ਆਇਆ ਕਿੰਨੇ ਵਜੇ ਹੋਇਆ ਜਿਹੜਾ ਇਨਸੀਡੈਂਟ ਹੋਇਆ ਜਿਹੜੀ ਘਟਨਾ ਹੋਈ ਆ ਤੁਸੀਂ ਸ਼ੈਟਰਿੰਗ ਲਗਾ ਰਹੇ ਸੀ ਜਾਂ ਲੈਂਟਰ ਉੱਪਰ ਲੈਂਟਰ ਪਾ ਰਹੇ ਸੀ ਕਿੰਨੇ ਕੁ ਬੰਦੇ ਥੱਲੇ ਦੱਬੇ ਆ ਜਿਹੜੀ ਬਿਲਡਿੰਗ ਗਿਰੀ ਆ ਜਿਹੜੀ ਸ਼ੈਟਰਿੰਗ ਦੇ ਖਾਸੇ ਦੇ ਮਿਸਤਰੀ ਵੀ ਉੱਤੇ ਨਾਲ ਤੁਹਾਡੇ ਕਿੱਥੇ ਕਿੱਥੇ ਚੋਟ ਲੱਗੀ ਆ ਬਾਕੀਆਂ ਨੂੰ ਹਸਪੀਟਲ ਵਗੈਰਾ ਲੈ ਗਏ ਜਾਂ ਲੈ ਗਏ ਇਹਦਾ ਕਾਰਨ ਦੋਸ਼ੀ ਕਿਹਨੂੰ ਮੰਨਦੇ ਹੋ ਵੀ ਇਹ ਜਿਹੜੀ ਜਿਹੜਾ ਹੋਇਆ ਇਹ ਕਾਰਨ ਨਹੀਂ ਮਿਸਤਰੀ ਦੀ ਕਮੀ ਪੇਸ਼ੀ ਕਹਿੰਦੇ ਜਾਂ ਕੋਈ ਠੇਕੇਦਾਰ ਦੀ ਜਾਂ ਫਿਰ ਮਟੀਰੀਅਲ 'ਚ ਕੋਈ ਲੱਗਦਾ ਕੋਈ ਰੇਟ ਉੱਲੇ ਜੀ ਕੰਮ ਕੱਚਾ ਹੋ
क्योंकि होरां नूं भी काफ़ी चोटां आईआं होणियां तुहानूं तां जिवें पैर ते लगी है ਜਿਹੜੀ ਅੱਜ ਇਮਾਰਤ ਗਿਰੀ ਹੈ ਇਹਦੀ ਬਾਰੇ ਜਾਂਚ ਕੀ ਹੋ ਰਹੀ ਹੈ ਤੇ ਅੱਜ ਇੱਕ ਜਿਹੜੀ ਬਿਲਡਿੰਗ ਬਣ ਰਹੀ ਸੀ ਇਹ ਨਵੀਂ ਅਨਾਜ ਮੰਡੀ ਸਬਜ਼ੀ ਮੰਡੀ ਦੇ ਸਾਹਮਣੇ ਬਣ ਰਹੀ ਸੀਗੀ ਸਨੌਰੀ ਅੱਡੇ ਅਤੇ ਇਹਦਾ ਜਿਹੜਾ ਲੈਂਟਰ ਹੈ ਬਣਦਾ ਬਣਦਾ ਗਿਰ ਗਿਆ ਅਤੇ ਇਹਦੇ ਥੱਲੇ ਜਿਹੜੇ ਚਾਰ ਮਜ਼ਦੂਰ ਦੱਬੇ ਗਏ ਸੀਗੇ ਜਿਨ੍ਹਾਂ 'ਚੋਂ ਤਿੰਨ ਨੂੰ ਤਾਂ ਹੁਣ ਤੱਕ ਸਹੀ ਸਲਾਮਤ ਕੱਢ ਲਿਆ ਗਿਆ ਅਤੇ ਇੱਕ ਮਜ਼ਦੂਰ ਨੂੰ ਹਾਲੇ ਜਿਹੜੇ ਉਹਨੂੰ ਕੱਢਣ ਲਈ ਲੱਗੇ ਹੋਏ ਨੇ ਉਹ ਕਾਫੀ ਥੱਲੇ ਆ ਉਹਨੂੰ ਥੋੜ੍ਹਾ ਟਾਈਮ ਲੱਗ ਜੂਗਾ ਉਹਨੂੰ ਕੱਢ ਰਹੇ ਨੇ ਪਰ ਉਹ ਜਿਉਂਦਾ ਹਾਲੇ ਇਹ ਕਾਰਨ ਵੀ ਪਤਾ ਲੱਗਿਆ ਕਾਰਨ ਕੀ ਹੋਇਆ ਜੀ ਗਿਰਨ ਦਾ ਕਾਰਨ ਇਹ ਕਾਰਨ ਜਿਹੜਾ ਜਾਂਚ ਦਾ ਵਿਸ਼ਾ ਜੀ ਇਸ ਤੋਂ ਜਾਂਚ ਦੌਰਾਨ ਹੀ ਪਤਾ ਲੱਗੂ ਵੀ ਇਹ ਕਿਉਂ ਡਿੱਗਿਆ ਅੱਜ ਦੋਸ਼ੀ ਕਿਹਨੂੰ ਮੰਨਿਆ ਜਾਏਗਾ ਅਗਰ ਜੇ ਕੋਈ ਜਾਂਚ ਦੌਰਾਨ ਜੋ ਵੀ ਦੋਸ਼ੀ ਹੋਊਗਾ ਜੀ ਜੇਕਰ ਮਾਲਕ ਹੋਊਗਾ ਤਾਂ ਮਾਲਕ ਨੂੰ ਬਣਾਇਆ ਜਾਊਗਾ ਜਾਂ ਜੇਕਰ ਕੋਈ ਕੰਟਰੈਕਟਰ ਹੋਊਗਾ ਤਾਂ ਉਹਨੂੰ ਬਣਾਇਆ ਜਾਊਗਾ ਦਿਹਾੜੀਦਾਰ ਦਾ ਕਹਿਣਾ ਵੀ ਮਿਸਤਰੀਆਂ ਨੇ ਬੜੀ ਜਲਦਬਾਜ਼ੀ ਕੀਤੀ ਹੈ ਉਹਨਾਂ ਨੇ ਮਨਾ ਕੀਤਾ ਸੀ ਵੀ ਜੇ ਥੋੜ੍ਹਾ ਕੰਮ ਇੱਕ ਦਿਨ ਵੇਟ ਕਰੋ ਅਤੇ ਜਾਂਚ ਦੌਰਾਨ ਪਤਾ ਲੱਗ ਜੂਗਾ ਜੀ ਜਾਂਚ ਦੌਰਾਨ ਜੇਕਰ ਇਹ ਗੱਲ ਸਾਹਮਣੇ ਆਊਗੀ ਤਾਂ ਮਿਸਤਰੀਆਂ ਦੇ ਖਿਲਾਫ਼ ਵੀ ਜਿਹੜਾ ਮਾਮਲਾ ਦਰਜ ਕੀਤਾ ਜਾਊਗਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਜੀ ਇਹਨਾਂ ਉੱਤੇ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਜੋ ਬਣਦਾ ਕਾਨੂੰਨ ਮੁਤਾਬਕ FIR ਦਰਜ ਰਜਿਸਟਰ ਕੀਤੀ ਜਾਊਗੀ ਸਰ ਮਾਲਕਾਂ ਦਾ ਕਸੂਰ ਹੋਇਆ ਜੀ ਜਿਹਦਾ ਵੀ ਕਸੂਰ ਹੋਊਗਾ ਉਹਦੇ ਖਿਲਾਫ਼ FIR ਦਰਜ ਕਰੋ ਸਰ ਜਦੋਂ ਲੈਂਟਰ ਗਿਰਿਆ ਸੀਗਾ ਅੰਦਰ ਕਿੰਨੇ ਕੁ ਬੰਦੇ ਮੌਜੂਦ ਸੀਗੇ ਜੀ ਜਿਹੜੇ ਦੱਬੇ ਗਏ ਮਜ਼ਦੂਰ ਨੇ ਉਹ ਚਾਰ ਦੱਬੇ ਗਏ ਸੀਗੇ ਬਾਕੀ ਤਾਂ ਲੇਬਰ ਹੋਊਗੀ ਪਰ ਥੱਲੇ ਜਿਹੜੇ ਦੱਬੇ ਗਏ ਨੇ